ਜਿਹੜੇ ਕਾਨੂੰਨ ਹੁੰਦੇ ਨੇ, ਕਾਨੂੰਨ ਤੁਸੀਂ ਬਣਾ ਲੈਂਦੇ ਹੋ ਆਪਣੇ ਸਿਆਸਤ ਵਾਸਤੇ, ਇਹ ਨਹੀਂ ਦੇਖਦੇ ਕਿ ਉਹ ਜਿਹੜੇ ਸਾਡੇ ਲੋਕ ਗਰੀਬ ਬੈਠੇ ਨੇ, ਜਿਹੜੇ ਉਹਨਾਂ ਨੂੰ ਕੀ ਸ਼ੰਕਾ, ਕੀ ਉਹ ਦੁੱਖ ਹੈ, ਕੀ ਲੋੜ ਸੀ ਉਹਨਾਂ ਨੂੰ ਜਾਣ ਦੀ, ਕੀ ਲੋੜ ਸੀ ਇਹਨਾਂ ਨੂੰ ਡਾਂਗਾ ਖਾਣ ਦੀ ਪੰਜਾਬ ਹਰਿਆਣਾ ਦੇ ਪੁਲਿਸ ਤੋਂ, ਜਾਂ ਇੱਥੋਂ ਜਿਹੜੇ ਵਾਟਰ ਕੈਨਨ ਨੇ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਇਹਨਾਂ 'ਤੇ ਵਰਤੀਆਂ ਗਈਆਂ ਸੀ। ਸਿਰਫ ਉਹਨਾਂ ਨੂੰ ਇਹ ਪਤਾ ਕਿ ਜਿਹੜੇ ਇਹ ਕਾਨੂੰਨ ਬਣੇ ਨੇ ਇਹ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਨਹੀਂ ਜੁੜਦੇ, ਸਾਡੇ ਬੱਚਿਆਂ ਦਾ ਭਵਿੱਖ ਇਹਦੇ 'ਚ ਗੰਧਲਾ ਨਜ਼ਰ ਆਉਂਦਾ ਸਾਨੂੰ। ਅਸੀਂ ਚਾਹੁੰਦੇ ਹਾਂ ਕਿ MSP ਰਹੇ, ਅਸੀਂ ਚਾਹੁੰਦੇ ਹਾਂ ਕਿ ਹਰ ਪੱਖੋਂ ਜਿਹੜਾ ਇੱਕ ਕਿਸਾਨ ਔਰ ਉਹਦੇ ਜਿਹੜਾ ਆੜ੍ਹਤੀਆ ਸੀ ਉਹਦਾ ਰਿਸ਼ਤਾ ਸੀ ਉਹ ਕਾਇਮ ਰਹੇ। ਅਸੀਂ ਤਾਂ ਨਹੀਂ ਕਹਿੰਦੇ ਕਿ ਕਿਸੇ ਹੋਰ ਦੇ ਤੁਸੀਂ ਕਿਸੇ ਨੂੰ ਖਰੀਦਣ ਨਾ ਦਿਓ, ਇੱਥੋਂ ਸਮਾਜ ਦਾ ਖਰੀਦ ਵੇਚਣਾ ਚਾਹੁੰਦੇ ਹਾਂ ਆਪਣੀ ਚੀਜ਼ਾਂ। ਅਗਰ MSP ਤੋਂ ਜ਼ਿਆਦਾ ਕੋਈ ਖਰੀਦਣ ਨੂੰ ਤਿਆਰ ਹੈ ਸਾਨੂੰ ਕੀ ਤਕਲੀਫ ਹੈ, ਖਰੀਦ ਲੈ, ਲੇਕਿਨ ਉਹ ਰਿਸ਼ਤਾ ਤਾਂ ਨਾ ਤੁਸੀਂ ਤੋੜੋ। ਉਹ ਰਿਸ਼ਤਾ ਕੀ ਹੈ ਤੁਸੀਂ ਸਾਰੇ ਜਾਣਦੇ ਹੋ, ਜਦ ਕੋਈ ਢਿੱਲਾ ਹੋ ਜਾਂਦਾ ਘਰ 'ਚ ਔਰ ਤੁਹਾਡੇ ਕੋਲ ਪੈਸੇ ਥੋੜ੍ਹੇ ਨੇ, ਤੁਸੀਂ ਖਟਖਟਾਉਂਦੇ ਹੋ ਤੁਸੀਂ ਦਰਵਾਜ਼ੇ 'ਤੇ ਹੋ ਆਪਣੇ ਆੜ੍ਹਤੀਏ ਦੇ ਔਰ ਲੈ ਲੈਂਦੇ ਹੋ ਉਸ ਤੋਂ 1000-2000 ਜਿੰਨਾ ਚਾਹੀਦਾ ਤੁਹਾਨੂੰ ਉਹ ਦੇ ਦਿੰਦਾ ਤੁਹਾਨੂੰ, ਔਰ ਤੁਸੀਂ ਆਪਣੀ ਇਲਾਜ ਕਰਵਾ ਲੈਂਦੇ ਹੋ ਕਿਸੇ ਬੱਚੇ ਦਾ ਜਿਹੜਾ ਬਿਮਾਰ ਹੈ। ਲੇਕਿਨ ਹੁਣ ਤੁਸੀਂ ਉਹ ਆੜ੍ਹਤੀਆਂ ਦਾ ਰਿਸ਼ਤਾ ਖਤਮ ਕਰ ਰਹੇ ਹੋ ਅਤੇ ਸਿਸਟਮ ਖਤਮ ਕਰ ਰਹੇ ਹੋ ਔਰ ਕੋਪਰੇਟ ਹਾਊਸਿਸ ਨੂੰ ਤੁਸੀਂ ਦੇ ਰਹੇ ਹੋ ਵੱਡੇ ਵੱਡੇ, ਰਾਤ ਨੂੰ ਕਿੱਥੇ ਖਟਕਾਓਗੇ ਤੁਸੀਂ, ਬੰਬਈ ਜਾ ਕੇ, ਦਿੱਲੀ ਜਾ ਕੇ, ਮਦਰਾਸ ਜਾ ਕੇ? ਤਾਂ ਕੋਈ ਨਹੀਂ ਕਹਿੰਦਾ ਨਾ ਵੇਚੋ ਜਾਂ ਨਾ ਖਰੀਦੋ, ਲੇਕਿਨ ਆਹ ਜਿਹੜਾ 100 ਸਾਲ ਤੋਂ ਜਿਹੜਾ ਇਹ ਰਿਸ਼ਤਾ ਚੱਲਿਆ ਰਿਹਾ ਉਹ ਤਾਂ ਨਾ ਤੋੜੋ, ਜਿਹਦੇ ਨਾਲ ਇਹ ਦੋਨਾਂ ਦੀ ਆਪਸੀ ਗੱਲ ਹੈ। ਤਾਂ ਹੀ ਲੋਕ ਅੱਜ ਗਏ ਨੇ ਕਿ ਉਹਨਾਂ ਨੂੰ ਠੰਡ 'ਚ ਮਰਨ ਦੀ ਕੀ ਲੋੜ ਹੈ, ਠੰਡ 'ਚ ਬੈਠੇ ਨੇ, ਪਰਸੋਂ ਚੌਥੇ ਬਾਰਿਸ਼ ਪਈ ਸੀ ਗਿੱਲੇ ਹੋ ਗਏ ਪਰ ਬੈਠੇ ਨੇ, ਕਿਉਂਕਿ ਉਹ ਚਾਹੁੰਦੇ ਨੇ ਕਿ ਅਸਲੀਅਤ ਜੋ ਹੈ ਇਸ ਸਰਕਾਰ